ਗੁੱਡ ਮਾਰਨਿੰਗ ਅਮਰੀਕਾ। ਜੀ ਹਾਂ, ਬਲਿੰਦਰ ਸਿੰਘ ਵਿਰਮਾਨੀ ਦੇ ਨਾਲ ਤੁਸੀਂ ਹਾਜ਼ਰ ਹੋ, ਤੁਹਾਡੇ ਲਈ ਬੇਹੱਦ ਜ਼ਰੂਰੀ ਨੇ। ਜੀ ਹਾਂ, ਪੂਰਾ ਦਿਨ ਕੀ ਚੱਲ ਰਿਹਾ ਹੈ ਅਤੇ ਕਿਤੇ ਕਿਤੇ ਕਿਹੜੀ ਕਿਹੜੀ ਸਰਗਰਮੀ ਵਾਪਰੀ ਹੈ, ਅਮਰੀਕਾ ਦੀ ਲੈਂਦੇ ਹਾਂ। ਜੀ ਹਾਂ, ਅਮਰੀਕਾ ਦੇ ਫ੍ਰੀਮੌਂਟ ਤੋਂ ਵਿੱਚ ਜਿੱਥੇ ਕਿ ਬੀਤੀ 8 ਮਾਰਚ ਨੂੰ ਹੋਈਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਹੁਣ ਨਤੀਜੇ ਐਲਾਨ ਦਿੱਤੇ ਗਏ ਨੇ। ਜਿਸਦਾ ਸਭ ਨੂੰ ਇੰਤਜ਼ਾਰ ਸੀ ਉਹ ਦਿਨ ਆ ਚੁੱਕਿਆ। ਜੀ ਹਾਂ, ਇੱਥੇ ਮੁੱਖ ਮੁਕਾਬਲਾ ਸਿੱਖ ਪੰਚਾਇਤ ਅਤੇ ਸਿੱਖ ਸੰਗਤ ਬੇ ਏਰੀਆ ਵਿਚਾਲੇ ਵੇਖਣ ਨੂੰ ਮਿਲਿਆ। ਨਤੀਜਿਆਂ ਦੇ ਮੁਤਾਬਕ ਸਿੱਖ ਪੰਚਾਇਤ ਤਕਰੀਬਨ 1200 ਵੋਟਾਂ ਦੇ ਨਾਲ ਜੇਤੂ ਰਹੀ ਹੈ। ਤਾਂ ਦੱਸ ਦਈਏ ਕਿ ਕੁੱਲ ਵੋਟਾਂ ਦੀ ਗਿਣਤੀ ਰਹੀ 7594, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਵੋਟਾਂ ਸਿੱਖ ਪੰਚਾਇਤ ਦੇ ਮੈਂਬਰ ਸਰਦਾਰ ਜਸਵਿੰਦਰ ਸਿੰਘ ਜੰਡੀ ਨੂੰ ਪਈਆਂ, ਜਿਨ੍ਹਾਂ ਨੂੰ 4371 ਵੋਟਾਂ ਹਾਸਲ ਹੋਈਆਂ ਨੇ। ਜੀ ਹਾਂ, ਗੌਰਤਲਬ ਹੈ ਕਿ ਚੋਣਾਂ ਦੌਰਾਨ ਸਿੱਖ ਸੰਗਤ ਬੇ ਏਰੀਆ ਨੇ ਇਲਜ਼ਾਮ ਲਗਾਇਆ ਸੀ ਕਿ ਕੁਝ ਲੋਕਾਂ ਨੇ 2 ਵਾਰ ਵੋਟਾਂ ਪਾਈਆਂ ਨੇ, ਜਿਸ ਕਾਰਨ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ, ਜਿਸ ਕਾਰਨ ਵੋਟਾਂ ਦੀ ਗਿਣਤੀ ਉਸ ਸਮੇਂ ਰੋਕ ਦਿੱਤੀ ਗਈ ਸੀ। ਪਰ ਹੁਣ ਵੋਟਾਂ ਦੀ ਗਿਣਤੀ ਸਭ ਦੇ ਸਾਹਮਣੇ ਆ ਚੁੱਕੀ ਹੈ। ਇਸ ਬਾਬਤ ਅਸੀਂ ਹੁਣ ਦੋਵਾਂ ਧੜਿਆਂ ਨਾਲ ਗੱਲਬਾਤ ਵੀ ਕਰਾਂਗੇ ਅਤੇ ਗੱਲਬਾਤ ਤੋਂ ਬਾਅਦ ਦੋਵੇਂ ਧੜੇ ਆਖਰ ਕੀ ਕੁਝ ਕਹਿ ਰਹੇ ਨੇ ਇਸ ਪੂਰੇ ਨਤੀਜਿਆਂ ਤੋਂ ਬਾਅਦ ਜ਼ਰੂਰ ਤੁਹਾਡੇ ਰੂਬਰੂ ਕਰਾਂਗੇ। ਫਿਲਹਾਲ ਅਗਲੀ ਖਬਰ ਵੱਲ ਰੁੱਕ ਕਰਦੇ ਹਾਂ ਅਤੇ ਗੱਲ ਕਰਦੇ ਹਾਂ ਹੁਣ ਕੋਰੋਨਾ ਵਾਇਰਸ ਦੀ। ਕੋਰੋਨਾ ਵਾਇਰਸ ਦੇ ਕਾਰਨ ਦੁਨੀਆ ਭਰ ਵਿੱਚ 2,23,082 ਲੋਕ ਇਨਫੈਕਟਡ ਹੋ ਚੁੱਕੇ ਨੇ। ਉੱਥੇ ਮ੍ਰਿਤਕਾਂ ਦੀ ਗਿਣਤੀ 9,200 ਤੋਂ ਵਧੇਰੇ ਪਹੁੰਚ ਗਈ ਹੈ। ਹੁਣ ਤੱਕ 172 ਦੇਸ਼ਾਂ ਵਿੱਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇਹਨਾਂ ਵਿੱਚ 64 ਦੇਸ਼ਾਂ ਵਿੱਚ ਮੌਤਾਂ ਦੀ ਪੁਸ਼ਟੀ ਹੋਈ ਹੈ। ਕੋਰੋਨਾ ਵਾਇਰਸ ਦੇ ਕਾਰਨ 945 ਮੌਤਾਂ ਹੋਈਆਂ ਅਤੇ ਫਿਰ 20,544 ਨਵੇਂ ਮਾਮਲੇ ਸਾਹਮਣੇ ਆਏ। ਇਹਨਾਂ ਵਿੱਚੋਂ 1,38,003 ਮਾਮਲੇ ਚੀਨ ਤੋਂ ਬਾਹਰ ਦੇ ਨੇ, ਜਦਕਿ ਇੱਥੇ ਕੁੱਲ ਮਾਮਲਿਆਂ ਦਾ 63% ਮਾਮਲਾ ਜੋ ਕਿ ਪੂਰੀ ਦੁਨੀਆ ਦਾ ਚੀਨ ਵਿੱਚ ਹੀ ਵਿਖਾਈ ਦੇ ਰਿਹਾ ਹੈ। ਦੁਨੀਆ ਭਰ ਵਿੱਚ 1,24,261 ਲੋਕਾਂ ਦਾ ਇਲਾਜ ਲਗਾਤਾਰ ਵੱਖ ਵੱਖ ਹਸਪਤਾਲਾਂ ਵਿੱਚ ਕੀਤਾ ਜਾ ਰਿਹਾ ਹੈ। ਉੱਥੇ 85,791 ਲੋਕ ਇਸ ਸਮੇਂ ਠੀਕ ਵੀ ਹੋ ਚੁੱਕੇ ਨੇ। ਇਸ ਦੇ ਇਲਾਵਾ 16 ਦੇਸ਼ਾਂ ਵਿੱਚ 1,000 ਤੋਂ ਜ਼ਿਆਦਾ ਮਾਮਲੇ ਇਸ ਸਮੇਂ ਸਾਹਮਣੇ ਆ ਚੁੱਕੇ ਨੇ, ਜਦਕਿ ਕੋਰੋਨਾ ਵਾਇਰਸ ਹੁਣ ਹੋਰ ਖਤਰਨਾਕ ਰੂਪ ਲੈਂਦਾ ਜਾ ਰਿਹਾ ਹੈ। ਜੀ ਹਾਂ, ਇਸ ਨੇ ਦੁਨੀਆ ਦੇ ਤਕਰੀਬਨ 160 ਦੇਸ਼ਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਦੁਨੀਆ ਵਿੱਚ ਲਗਭਗ 3 ਲੱਖ ਲੋਕ ਇਸ ਵਾਇਰਸ ਨਾਲ ਇਨਫੈਕਟਡ ਨੇ। ਡਾਕਟਰ ਅਤੇ ਸਾਰਾ ਮੈਡੀਕਲ ਸਟਾਫ ਦਿਨ ਰਾਤ ਮਰੀਜ਼ਾਂ ਦੇ ਇਲਾਜ ਵਿੱਚ ਲੱਗਿਆ ਹੋਇਆ। ਅਤੇ ਜੇਕਰ ਹੁਣ ਕੋਰੋਨਾ ਵਾਇਰਸ ਪ੍ਰਤੀ ਲੋਕਾਂ ਦੀ ਜਾਗਰੂਕਤਾ ਦੀ ਗੱਲ ਕਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕਾਂ ਨੂੰ ਹਾਲਾਂ ਤੱਕ ਕੋਰੋਨਾ ਵਾਇਰਸ ਪ੍ਰਤੀ ਪੂਰੀ ਜਾਣਕਾਰੀ ਹਾਸਲ ਨਹੀਂ ਹੋ ਸਕੀ, ਜਿਸ ਕਾਰਨ ਲੋਕ ਅਹਿਤਿਆਤ ਨਹੀਂ ਵਰਤ ਰਹੇ ਅਤੇ ਲਗਾਤਾਰ ਇਸ ਬਿਮਾਰੀ ਦੀ ਜਕੜ ਵਿੱਚ ਫਸੇ ਜਾ ਰਹੇ ਨੇ। ਪਰ ਹੁਣ ਕੁਝ ਲੋਕਾਂ ਵੱਲੋਂ ਬੜੇ ਹੀ ਵੱਖਰੇ ਅਤੇ ਨਿਵੇਕਲੇ ਢੰਗ ਨਾਲ ਕੋਰੋਨਾ ਵਾਇਰਸ ਤੋਂ ਗਈ ਹੈ। ਦੋ ਲੋਕਾਂ ਵੱਲੋਂ ਗਾਇਆ ਇੱਕ ਗੀਤ ਤੁਹਾਨੂੰ ਖਾਸ ਕਰਕੇ ਵਿਖਾਉਂਦਾ ਹਾਂ। ਜਾਗਰੂਕ ਕਰਨ ਦੇ ਲਈ ਕਿਸ ਤਰ੍ਹਾਂ ਲੋਕ ਜਿਹੜੇ ਨੇ ਵੱਖ ਵੱਖ ਸਟਾਰ ਯੂਜ਼ ਕਰ ਰਹੇ ਨੇ, ਪਰ ਲਗਾਤਾਰ ਉਪਰਾਲੇ ਜ਼ਰੂਰ ਕੀਤੇ ਜਾ ਰਹੇ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ, ਅਤੇ ਫਿਰ ਸਕੂਲਾਂ ਨੂੰ ਫਿਲਹਾਲ ਦੇ ਲਈ ਬੰਦ ਵੀ ਕਰ ਦਿੱਤਾ ਗਿਆ। ਤਾਂ ਉੱਥੇ ਦੂਜੇ ਪਾਸੇ ਕਈ ਬੱਚਿਆਂ ਨੂੰ ਇਹ ਤੱਕ ਪਤਾ ਨਹੀਂ ਕਿ ਸਕੂਲ ਆਖਰ ਬੰਦ ਕਿਉਂ ਨੇ। ਇਸ ਦੇ ਪਿੱਛੇ ਕਾਰਨ ਬੱਚਿਆਂ ਨੂੰ ਦੱਸੇ ਤੱਕ ਨਹੀਂ ਜਾ ਰਹੇ, ਜਿਸ ਕਾਰਨ ਬੱਚੇ ਕੋਰੋਨਾ ਵਾਇਰਸ ਤੋਂ ਅਣਜਾਣ ਵਿਖਾਈ ਦੇ ਰਹੇ ਨੇ। ਇੱਕ ਅਜਿਹੀ ਵੀਡੀਓ ਹੁਣ ਤੁਹਾਨੂੰ ਵਿਖਾਉਂਦੇ ਹਾਂ ਜਿਸ ਵਿੱਚ ਬੱਚੇ ਕੋਰੋਨਾ ਵਾਇਰਸ ਨੂੰ ਇੱਕ ਤਿਉਹਾਰ ਦੱਸ ਰਹੇ ਨੇ ਅਤੇ ਫਿਰ ਸਕੂਲ ਵਿੱਚ ਛੁੱਟੀਆਂ ਕਰਨ ਲਈ ਖਾਸ ਤੌਰ ਤੇ ਕਿਸ ਦਾ ਧੰਨਵਾਦ ਕਰ ਰਹੇ ਨੇ। ਔਰ ਤੁਹਾਨੂੰ ਵੀ ਦੱਸਿਆ ਪ੍ਰਦੀਪ ਦੁਬੇ ਜੀ, ਆਪ ਸਕੂਲ ਕਿਉਂ ਨਹੀਂ ਗਏ ਅੱਜ? ਕਿਉਂਕਿ ਅੱਜ ਕੋਰੋਨਾ ਕੀ ਛੁੱਟੀ ਥੀ, ਕੋਰੋਨਾ ਕੀ ਛੁੱਟੀ ਥੀ। ਤੋ ਕੋਰੋਨਾ ਵਾਇਰਸ ਹੈ ਕਿਆ? ਕੋਰੋਨਾ ਵਾਇਰਸ ਇੱਕ ਬਹੁਤ ਤਿਉਹਾਰ ਹੈ, ਇੱਕ ਬਹੁਤ ਬੜਾ ਤਿਉਹਾਰ ਹੈ ਕੋਰੋਨਾ ਵਾਇਰਸ। ਯੈਸ ਸਰ। ਅੱਛਾ, ਤੋ ਕਿਤਨੇ ਦਿਨ ਕੀ ਛੁੱਟੀ ਹੈ? 10-15 ਦਿਨ ਕੀ ਛੁੱਟੀ ਹੈ। ਅੱਛਾ, ਔਰ ਆਗੇ ਵੀ ਛੁੱਟੀ ਹੋ ਸਕਤੀ ਹੈ? ਆਸਾ ਕਰਤੇ ਹੈ ਕਿ ਔਰ ਜ਼ਿਆਦਾ ਛੁੱਟੀ ਹੋ। ਆਪਕੋ ਆਨੰਦ ਆ ਰਹੀ ਹੈ ਕਿਆ? ਬਹੁਤ ਮਜ਼ਾ ਆ ਰਹੀ ਹੈ। ਅੱਛਾ ਅੱਛਾ, ਆਪਕੋ ਮਜ਼ਾ ਆ ਰਹਾ ਹੈ ਇਸਮੇ। ਤੋ ਆਪਕਾ ਨਾਮ? ਦਰਸ਼ਨ ਦੁਬੇ। ਦਰਸ਼ਨ ਜੀ, ਆਪ ਕਿਆ ਕਹਿਣਾ ਚਾਹਤੇ ਹੈ ਕੋਰੋਨਾ ਵਾਇਰਸ ਕੇ ਬਾਰੇ ਮੇ? ਹਮ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਸੇ ਕਹਿਣਾ ਚਾਹ ਹਮਾਰਾ ਨਿਵੇਦਨ ਹੈ ਕਿ ਵੋ
इस साल लॉन्च हुआ है, त्योहार हर साल मनाया जाए और 10 दिन की आज छुट्टी है तो कल 1 महीने की छुट्टी है। अच्छा ये बताइए कब आता है ये त्योहार? होली के बाद शुभ उपलक्ष में। अच्छा होली के बाद आता है। अच्छा तो आप कोरोना वायरस के बारे में क्या कहना चाहते हैं? क्या नाम है आपका? हर्ष दुबे नाम है। तो कोरोना वायरस के बारे में आप क्या कहना चाहते हैं? मजा आ रही है। मजा आ रहा है, मजा आ रहा है आपको। अच्छा कितने दिन की छुट्टी है आपकी? कितने दिन की? 10-15 दिन की छुट्टी है। अच्छा आपका क्या नाम है? ओम दुबे जी। आप ये बताइए आप कोरोना वायरस के बारे में क्या जानते हैं? मैं चीन वालों से बहुत बड़ा धन्यवाद देना चाहता हूँ कि ये नया नया त्योहार बहुत लॉन्च हुआ है इंडिया में, तो ये हर साल मनाया जाए और इसके छुट्टी बहुत सारी हो, हम लोग को बहुत आनंद आ रहा है। अच्छा आप लोग मास्क उस्क नहीं लगाए हैं? नहीं आप अभी नहीं आए हैं। मास्क अभी नहीं आए हैं? नहीं। अच्छा वेख्या तुसी कि किस तरह छोटे छोटे मासूम बच्चों नूं ए तक नहीं पता कि कोरोना वायरस जिसने कि पूरी दुनिया विच दहशत दा कहर बरपाया होया आखर है कि क्यों लोग इस तो डर रहे ने, क्यों सरकारां इस तो डर रहे ने, क्यों बॉर्डर सील हो रहे ने अते क्यों लोग अपने अपने घरां विच फस के रह गए ने, पर ये बच्चे सिर्फ इस एक त्यौहार मान रहे हैं। खास तौर पर भारत के प्रधानमंत्री नरेंद्र मोदी का शुक्रिया अदा कर रहे हैं जिन्होंने छुट्टियां कर दी ने। सो बच्चों नूं दसण दी बेहद जरूरत है। सो कोरोना वायरस की असी गल कर रहे हैं गुड मॉर्निंग शो विच क्योंकि इस समय पूरी दुनिया विच कोरोना वायरस का कहर विखाई दे रहा है। लोग डरे हुए हैं पर लोगों नूं डरन की जरूरत नहीं है। जी हाँ पूरी दुनिया के तकरीबन 164 देशों में कोरोना वायरस का कहर लगातार जारी है। 2 लाख तो वधेरे लोग इस वायरस की लपेट में विखाई दे रहे हैं, फिर 8,000 तो वधेरे लोग मारे जा चुके हैं। पर दुनिया में एक अजिही थां भी मौजूद है जो सब तो वध सुरक्षित है। इस नाल ही इत्थे किसी भी तरह की बीमारी का प्रभाव नहीं होता क्योंकि इत्थे सेहत स्टेबलाइजेशन प्रोग्राम लई सालों तो वधिया काम कर रहा है। अमेरिकी पुलाड़ एजेंसी नासा ने कहा है कि दुनिया की इस सब तो सुरक्षित थां ते कदे कोई बीमारी नहीं होती। इत्थे सिर्फ एक बार एक व्यक्ति नूं जुकाम होया सी, वह भी 52 साल पहला, अते फिर इस तो बाद कोई भी शख्स बीमार नहीं पिया। इस थां दा नां है कुमात्री स्पेस स्टेशन। जी हाँ अमेरिकी पुलाड़ एजेंसी नासा ने दस्या है कि हुण वह पुलाड़ विच किसी भी पुलाड़ यात्री नूं भेजण तो पहला उस नूं 10 दिन तक मैडिकल जांच विच रखणगे ताकि स्पेस स्टेशन ते कोरोना वायरस ना पहुँच सके। मई के महीने विच स्पेस एक्स से रॉकेट राही कुमात्री यात्रियों नूं स्पेस स्टेशन भेजा जाना। नासा ने भी दस्या है कि किवें उन्होंने स्पेस स्टेशन नूं बीमारियों तो दूर रख्या। नासा कोल स्पेस स्टेशन नूं सुरक्षित रखण की तकनीक मौजूद है जिसनों हैल्थ स्टेबलाइजेशन सिस्टम कहा जाता है। इस सिस्टम के लगन तो बाद स्पेस स्टेशन से रहने वाले पुलाड़ यात्री अपनी सेहत की निगरानी रख सकते हैं। कई दहाके पहला जब भी कोई पुलाड़ बीमार होता सी तां उसनों वखरा रख्या जाता सी, उसनों स्लीपिंग बॉक्स या फिर कैप्सूल विच कैद कर दिता जाता सी। इलाज तो बाद जब ठीक होंदा तां उसनों काम ते वापस बुला लिया जाता सी। हुण स्पेस स्टेशन ते ही मशीनां अते फिर कैमिकल रखे जाते हैं अते फिर एक बटन दबाउंदिया ही पूरा का पूरा स्पेस स्टेशन सैनिटाइज हो जाता है। उंज इत्थे लाइफ बोट्स वर्गे स्पेस शिप की सहूलत भी मौजूद है, जेकर कोई एमरजेंसी होवे तो इत्थों आसानी नाल निकल भी सकते हैं। सो जिहड़ा पुलाड़ है वह एक बेहद सुरक्षा थां है, पर हर कोई नहीं जा सकता पुलाड़ ते, कोई जाता है पुलाड़ ते। अगे वधदिया दुनिया भर में COVID-19 का कहर है लगातार जारी है। जिवें असीं दस रहे हां इस विच जनरल मोटर्स कॉरपोरेशन अते फिर फोर्ड मोटर कॉरपोरेशन ने कहा है कि ये वाइट हाउस के अधिकारियों नाल वो खास तौर पर गलबात कर रहे हैं कि वह वेंटीलेटर जिहे मैडिकल उपकरणों के उत्पादन का समर्थन किवें कर सकते हैं जो कोरोना वायरस प्रकोप नाल नजिठण लई लोड़ींदे हो सकते हैं। जनरल मोटर के मुख्य कार्यकारी अधिकारी ने वाइट हाउस के आर्थिक सलाहकार नाल इस मुद्दे पर खास गलबात की है। वाहन निर्माता ने खास ऐलान किया है कि वह 30 मार्च तक उत्तरी अमेरिकी उत्पादन को मुअत्तल कर देंगे। उन्होंने भी दस्या है कि पहला ही अध्ययन किया जा रहा है कि वेंटीलेटर वर्गे मेडिकल उपकरणों के उत्पादन का संभावित रूप नाल किवें समर्थन किया जा सकता है। नाल ही फोर्ड का कहना है कि वेंटीलेटर और होर उपकरणों के उत्पादन की संभावना समेत वह किसी भी तरह प्रशासन की मदद करने लिए तैयार पर तैयार ने। इस संबंधी अमेरिका की सरकार नाल शुरुआती चर्चा भी हुई है। सो हुण एक हादसे नाल जुड़ी हुई खबर तुहानूं दस्सदे हां। जी हाँ हादसा अमेरिका विच होया,
ਜਿੱਥੇ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਨੌਜਵਾਨ ਦੀ ਮੌਤ ਸੜਕ ਹਾਦਸੇ ਦੀ ਨਾਲ ਬਹੁਤ ਗੰਭੀਰ ਹਾਦਸਾ ਸੀ ਅਤੇ ਸੜਕ ਹਾਦਸਾ ਹੋਣ ਨਾਲ ਉਸ ਸ਼ਖਸ ਦੀ ਮੌਤ ਹੋ ਗਈ ਹੈ। ਤੁਹਾਨੂੰ ਦੱਸ ਦਈਏ ਕਿ ਦਰਅਸਲ ਨਿਊ ਜਰਸੀ ਦੇ ਰੂਟ 202 'ਤੇ ਸਥਿਤ ਇੱਕ ਭਾਰਤੀ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ 36 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਨਾਲ ਇਲਾਕੇ ਵਿੱਚ ਸੋਗ ਦਾ ਮਾਤਮ ਛਾ ਗਿਆ। ਪ੍ਰਾਪਤ ਜਾਣਕਾਰੀ ਜੋ ਮਿਲੀ ਹੈ ਸਾਨੂੰ ਉਸਦੇ ਮੁਤਾਬਕ ਮ੍ਰਿਤਕ ਸੁਰਿੰਦਰ ਸਿੰਘ ਹੈਪੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ਰਾਤ ਤਕਰੀਬਨ 8:15 ਜਦੋਂ ਰੈਸਟੋਰੈਂਟ ਤੋਂ ਪੀਜ਼ਾ ਲੈਣ ਦੇ ਲਈ ਪੈਦਲ ਜਾ ਰਿਹਾ ਸੀ ਤਾਂ ਉਸੇ ਸਮੇਂ ਸੜਕ ਪਾਰ ਕਰਦਿਆਂ ਪਿੱਛੋਂ ਇੱਕ ਕਾਰ ਆਈ ਜੋ ਕਿ ਉਸ ਨਾਲ ਬਹੁਤ ਤੇਜ਼ੀ ਨਾਲ ਜਾ ਵੱਜੀ ਅਤੇ ਫਿਰ ਸੁਰਿੰਦਰ ਸਿੰਘ ਬੜੀ ਦੁਖਦਾਈ ਖਬਰ ਹੈ ਕਿਉਂਕਿ ਲੋਕ ਆਉਂਦੇ ਨੇ ਇੱਥੇ ਡਾਲਰਾਂ ਦੀ ਚਮਕ ਵਿੱਚ ਅਤੇ ਫਿਰ ਜਦੋਂ ਅਜਿਹੇ ਹਾਦਸੇ ਹੋ ਜਾਂਦੇ ਨੇ ਤਾਂ ਸਿਰਫ ਉਹਨਾਂ ਦੇ ਪਰਿਵਾਰਾਂ ਕੋਲ ਗਿਲੇ ਸ਼ਿਕਵੇ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਰਹਿੰਦੀ। ਬਹਿਰਾਲ ਵੱਧਦਿਆਂ ਅਗਲੀ ਖਬਰ ਵੱਲ ਅਤੇ ਰੁਕ ਕਰਦਿਆਂ ਹੁਣ ਕੈਨੇਡਾ ਵੱਲ। ਤੁਹਾਨੂੰ ਦੱਸ ਦਈਏ ਕਿ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਪ੍ਰੋਵਿੰਸ ਵਿੱਚ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਜਿਸ ਦੇ ਤਹਿਤ 31 ਮਾਰਚ ਤੱਕ 50 ਤੋਂ ਜ਼ਿਆਦਾ ਲੋਕਾਂ ਦੀ ਗੈਦਰਿੰਗ ਵਾਲੇ ਸਾਰੇ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਨੇ। ਪ੍ਰੀਮੀਅਰ ਵੱਲੋਂ ਪਬਲਿਕ ਲਾਇਬ੍ਰੇਰੀਜ਼, ਪ੍ਰਾਈਵੇਟ ਸਕੂਲ, ਸਿਨੇਮਾ ਹਾਲ, ਰੈਸਟੋਰੈਂਟ ਅਤੇ ਫਿਰ ਚਾਈਲਡ ਕੇਅਰ ਸੈਂਟਰ ਨੂੰ ਵੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਪਰ ਖਾਣਾ ਘਰਾਂ ਵਿੱਚ ਡਿਲੀਵਰ ਜ਼ਰੂਰ ਕੀਤਾ ਜਾ ਸਕਦਾ ਹੈ ਤਾਂ ਜੋ ਕੋਈ ਵੀ ਭੁੱਖਾ ਨਾ ਰਹੇ, ਭੁੱਖਾ ਨਾ ਸੋਏ। ਉਹਨਾਂ ਇਹ ਵੀ ਕਿਹਾ ਕਿ ਗ੍ਰੋਸਰੀ ਸਟੋਰ, ਫਾਰਮੇਸਿਸ, ਪਬਲਿਕ ਟ੍ਰਾਂਸਿਟ, ਕੰਸਟਰਕਸ਼ਨ ਦਾ ਕੰਮ ਇਸੇ ਤਰ੍ਹਾਂ ਬਾਦਸਤੂਰ ਜਾਰੀ ਰਹੇਗਾ, ਚੱਲਦਾ ਰਹੇਗਾ। ਪ੍ਰੀਮੀਅਰ ਫੋਰਡ ਨੇ ਕਿਹਾ ਕਿ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਇਹ ਕਦਮ ਚੁੱਕਣੇ ਬੇਹੱਦ ਜ਼ਰੂਰੀ ਸਨ, ਇਸ ਵਿੱਚ ਦੇਰੀ ਬਿਲਕੁਲ ਵੀ ਨਹੀਂ ਸੀ ਕੀਤੀ ਜਾ ਸਕਦੀ। ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਇਹ ਫੈਸਲਾ ਚੀਫ ਮੈਡੀਕਲ ਅਫਸਰ ਅਤੇ ਡਾਕਟਰਾਂ ਦੀ ਸਲਾਹ ਨਾਲ ਹੀ ਲਿਆ ਗਿਆ। ਉਹਨਾਂ ਵੀ ਦੱਸਿਆ ਕਿ ਉਹ ਇਸ ਸਮੇਂ ਵਰਕਰਾਂ ਦੇ ਨਾਲ ਵੀ ਖੜ੍ਹੇ ਨੇ ਅਤੇ ਫਿਰ ਫੈਡਰਲ ਸਰਕਾਰ ਨੂੰ ਵੀ ਅਪੀਲ ਕਰਦੇ ਨੇ ਕਿ ਸਰਕਾਰ ਓਨਟਾਰੀਓ ਦੇ ਲੋਕਾਂ ਨਾਲ ਖੜ੍ਹੇ ਅਤੇ ਫਿਰ ਬਿਜ਼ਨਸ ਅਦਾਰਿਆਂ ਲਈ ਲੋਨ ਪ੍ਰੋਗਰਾਮ ਲੈ ਕੇ ਸਾਹਮਣੇ ਆਏ ਤਾਂ ਜੋ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਧਰ ਬ੍ਰਿਟਿਸ਼ ਕੋਲੰਬੀਆ ਦੀ ਜੇਕਰ ਗੱਲ ਕਰੀਏ ਤਾਂ ਬ੍ਰਿਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਡਾਕਟਰ ਬੋਨੀ ਹੈਨਰੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿੱਥੇ ਕਿ ਉਹਨਾਂ ਦੱਸਿਆ ਕਿ ਬੀਤੇ ਦਿਨ ਬ੍ਰਿਟਿਸ਼ ਕੋਲੰਬੀਆ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਰਸਿਆ। ਪ੍ਰੋਵਿੰਸ ਵਿੱਚ ਤਕਰੀਬਨ 83 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ ਫਿਰ 3 ਲੋਕਾਂ ਦੀ ਮੌਤ ਹੋਈ ਹੈ। ਫਿਲਹਾਲ ਪ੍ਰੋਵਿੰਸ ਵਿੱਚ 7 ਗੰਭੀਰ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਕੁੱਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 186 ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਕੁਝ ਲੋਕ ਲਗਭਗ ਠੀਕ ਹੋ ਚੁੱਕੇ ਨੇ ਪਰ ਇਸ ਦੀ ਜਾਣਕਾਰੀ ਮਰੀਜ਼ਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹੀ ਮੁਹੱਈਆ ਕਰਵਾਈ ਜਾਏਗੀ। ਇੱਕ ਦਿਨ ਵਿੱਚ ਤਕਰੀਬਨ 83 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰੋਵਿੰਸ ਵਿੱਚ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਉਹਨਾਂ ਨੇ ਵੀ ਦੱਸਿਆ ਕਿ ਪਿਛਲੇ ਦਿਨਾਂ ਤੋਂ ਇਹਨਾਂ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਇਸ ਲਈ ਟੈਸਟ ਕਰਨ ਦੀ ਰਫ਼ਤਾਰ ਵੀ ਵਧਾ ਦਿੱਤੀ ਗਈ ਹੈ ਅਤੇ ਫਿਰ ਦੂਜੇ ਮੁਲਕਾਂ ਤੋਂ ਆਉਣ ਵਾਲਿਆਂ ਨੂੰ ਟੈਸਟ ਕੀਤਾ ਜਾ ਰਿਹਾ ਕਿਉਂਕਿ ਜੇਕਰ ਉਹਨਾਂ ਵਿੱਚੋਂ ਕੋਈ ਪ੍ਰਭਾਵਿਤ ਨਜ਼ਰ ਆਇਆ ਤਾਂ ਉਹ ਕਮਿਊਨਿਟੀ ਵਿੱਚ ਇਸ ਨੂੰ ਨਾ ਫੈਲਾਏ ਅਤੇ ਉਸਨੂੰ ਵਕਤ ਤੋਂ ਰੱਖਿਆ ਜਾਏਗਾ ਅਤੇ ਫਿਰ ਉਸਦਾ ਇਲਾਜ ਕੀਤਾ ਜਾਏਗਾ। ਡਾਕਟਰ ਹੈਨਰੀ ਨੇ ਇਹ ਵੀ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ਵਿੱਚ ਰਿਸਕ ਵੱਧ ਰਿਹਾ ਹੈ ਅਤੇ ਫਿਰ ਇਹ ਵਾਇਰਸ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਫੈਲ ਚੁੱਕਿਆ ਹੈ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਸਾਫ਼ ਤੌਰ 'ਤੇ ਕਿਹਾ ਕਿ ਜੋ ਮੁਲਕ ਵਿੱਚ ਵਾਪਸ ਆਉਣਾ ਚਾਹੁੰਦੇ ਨੇ ਉਹਨਾਂ ਦੀ ਵਿੱਤੀ ਸਹਾਇਤਾ ਜ਼ਰੂਰ ਕੀਤੀ ਜਾਏਗੀ ਅਤੇ ਉਹ ਫੋਨ ਲਾਈਨ ਅਤੇ ਈਮੇਲ ਰਾਹੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਨੇ, ਸਰਕਾਰ ਨੂੰ ਸੰਪਰਕ ਕਰ ਸਕਦੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਫ਼ ਕਿਹਾ ਕਿ ਕੈਨੇਡੀਅਨ ਵਰਕਰਸ ਅਤੇ ਕਾਰੋਬਾਰਾਂ ਦੇ ਸਹਿਯੋਗ ਲਈ ਮਾਪਦੰਡ ਛੇਤੀ ਹੀ ਸਾਹਮਣੇ ਆ ਜਾਣਗੇ। ਇਸ ਤੋਂ ਇਲਾਵਾ ਟੈਕਸ ਸੀਜ਼ਨ ਵਿੱਚ ਤਬਦੀਲੀ ਅਤੇ ਫਿਰ ਲੋਕਾਂ ਦੀਆਂ ਅਦਾਇਗੀਆਂ ਵਿੱਚ ਲਚਕੀਲਾਪਨ ਲਿਆਉਣ ਤੋਂ ਇਲਾਵਾ ਬਿਜ਼ਨਸ ਲਈ ਵਾਧੂ ਕੈਸ਼ ਦਾ ਪ੍ਰਬੰਧ ਕਰਨ ਲਈ ਵੀ ਵਿਚਾਰ ਕੀਤਾ ਜਾ ਰਿਹਾ ਹੈ। ਕੁਝ ਕੈਨੇਡੀਅਨ ਸ਼ਿਕਾਇਤ ਕਰ ਰਹੇ ਨੇ ਕਿ ਜਦੋਂ ਚੀਨ ਅਤੇ ਬਾਕੀ ਮੁਲਕਾਂ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਫੈਲ ਰਿਹਾ ਸੀ ਤਾਂ ਕੈਨੇਡਾ ਨੇ ਪਹਿਲਾਂ ਹੀ ਬਾਰਡਰ ਸੀਲ ਕਰਨ ਵਰਗੇ ਅਹਿਮ ਫੈਸਲੇ ਕਿਉਂ ਨਹੀਂ ਲਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵੀ ਦਾਅਵਾ ਕੀਤਾ ਕਿ ਕੈਨੇਡਾ ਦੇ ਲੋਕਾਂ ਦੀ ਸੁਰੱਖਿਆ ਲਈ ਸਮੇਂ ਸਮੇਂ 'ਤੇ ਸਹੀ ਕਦਮ ਸਰਕਾਰ ਵੱਲੋਂ ਚੁੱਕੇ ਗਏ ਨੇ। ਉਹਨਾਂ ਕਿਹਾ ਕਿ ਮੂਲ ਨਿਵਾਸੀ ਭਾਈਚਾਰੇ ਦੀ ਸੁਰੱਖਿਆ ਲਈ ਜ਼ਿਆਦਾ ਕਦਮ ਚੁੱਕੇ ਜਾ ਰਹੇ ਨੇ। ਸੋ ਅੱਗੇ ਵਧਿਆਂ ਕੋਰੋਨਾ ਵਾਇਰਸ ਦੇ ਲਪੇਟ ਵਿੱਚ ਆਏ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਾਇੰਸਦਾਨਾਂ ਮੁਤਾਬਕ ਕੋਰੋਨਾ ਦੀ ਵੈਕਸੀਨ ਬਣਾਉਣ ਵਿੱਚ ਹੁਣ ਵੀ ਕੁਝ ਹੋਰ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ। ਉੱਥੇ ਚੀਨ ਨੇ ਦਾਅਵਾ ਕੀਤਾ ਕਿ ਜਾਪਾਨ ਦੀ ਇੱਕ ਦਵਾਈ ਕੋਰੋਨਾ ਦੇ ਮਰੀਜ਼ਾਂ ਲਈ ਇਲਾਜ ਵਿੱਚ ਕਾਫੀ ਮਦਦਗਾਰ ਸਾਬਿਤ ਹੋ ਰਹੀ ਹੈ। ਚੀਨ ਦੀ ਸਾਇੰਸ ਐਂਡ ਟੈਕਨੋਲੋਜੀ ਮਿਨਿਸਟਰੀ ਵਿੱਚ ਕੰਮ ਕਰਨ ਵਾਲੇ ਸ਼ਖਸ ਨੇ ਦੱਸਿਆ ਕਿ ਜਾਪਾਨ ਦੇ ਲੋਕ ਜਿਸ ਦਵਾਈ ਦਾ ਇਸਤੇਮਾਲ ਆਮ ਫਲੂ ਦੇ ਇਲਾਜ ਲਈ ਕਰਦੇ ਨੇ ਉਹ ਕੋਰੋਨਾ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਰਹੀ ਹੈ। ਜਾਣਕਾਰੀ ਮੁਤਾਬਕ ਇਹ ਦਵਾਈ ਫਿਊਜ਼ੀ ਫੁੱਲ ਦੀ ਦਵਾਈ ਕੰਪਨੀ ਬਣਾਉਂਦੀ ਹੈ ਅਤੇ ਫਿਰ ਇਸ ਦਵਾਈ ਦੇ ਇਸਤੇਮਾਲ ਨਾਲ ਕੋਰੋਨਾ ਦੇ ਤਕਰੀਬਨ 340 ਤੋਂ ਜ਼ਿਆਦਾ ਮਰੀਜ਼ਾਂ ਨੂੰ ਠੀਕ ਕੀਤਾ ਗਿਆ। ਇਸ ਦੇ ਪੱਕੇ ਸਬੂਤ ਵੀ ਮਿਲੇ ਨੇ ਕਿ ਇਹ ਦਵਾਈ ਬਾਕੀਆਂ ਦੇ ਮੁਕਾਬਲੇ ਜ਼ਿਆਦਾ ਕਾਰਗਰ ਸਾਬਿਤ ਹੋਈ ਹੈ।
ਕੋਰੋਨਾ ਪੋਜ਼ਿਟਿਵ ਪਾਏ ਗਏ ਮਰੀਜ਼ਾਂ ਨੂੰ ਜਦੋਂ ਇਹ ਦਵਾਈ ਦਿੱਤੀ ਗਈ ਤਾਂ ਸਿਰਫ 4 ਦਿਨ ਬਾਅਦ ਟੈਸਟ ਵਿੱਚ ਉਹ ਸਾਰੇ ਨੈਗੇਟਿਵ ਪਾਏ ਗਏ। ਬਾਕੀ ਦਵਾਈਆਂ ਜੋ ਕਿ ਫਿਲਹਾਲ ਇਸਤੇਮਾਲ ਵਿੱਚ ਲਿਆਂਦੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਸਰ ਕਰਨ ਵਿੱਚ ਤਕਰੀਬਨ 11 ਦਿਨ ਦਾ ਸਮਾਂ ਲੱਗ ਰਿਹਾ ਹੈ। ਇਸ ਦੇ ਇਸਤੇਮਾਲ ਨਾਲ ਫੇਫੜਿਆਂ 'ਤੇ ਕੋਰੋਨਾ ਦਾ ਹੋਣ ਵਾਲਾ ਪ੍ਰਭਾਵ 91% ਜਲਦੀ ਠੀਕ ਹੋ ਰਿਹਾ ਹੈ। ਹਾਲਾਂਕਿ ਜਾਪਾਨ ਦਾ ਕਹਿਣਾ ਹੈ ਕਿ ਕੋਰੋਨਾ ਦੇ ਗੰਭੀਰ ਮਰੀਜ਼ਾਂ ਵਿੱਚ ਇਸ ਦਵਾਈ ਦਾ ਅਸਰ ਓਨਾ ਹੀ ਹੈ ਜਿੰਨਾ ਆਮ ਮਰੀਜ਼ਾਂ ਵਿੱਚ। ਸੋ ਇਹ ਤਾਂ ਰਹੀ ਅਮਰੀਕਾ ਅਤੇ ਕੈਨੇਡਾ ਦੀ ਗੱਲ, ਪਰ ਹੁਣ ਰੁਕ ਕਰਦੇ ਹਾਂ ਭਾਰਤ ਵੱਲ। ਦੁਨੀਆਂ ਦੇ ਵਿੱਚ ਮਹਾਂਮਾਰੀ ਦੇ ਰੂਪ ਵਿੱਚ ਫੈਲ ਕੇ ਕੋਵਿਡ-19 ਦਾ ਕਹਿਰ ਭਾਰਤ ਵਿੱਚ ਵੀ ਲਗਾਤਾਰ ਫੈਲਦਾ ਵਿਖਾਈ ਦੇ ਰਿਹਾ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਦਿੱਤੀ ਗਈ ਅਹਿਮ ਜਾਣਕਾਰੀ ਮੁਤਾਬਕ ਭਾਰਤ ਵਿੱਚ ਕੋਵਿਡ-19 ਦੇ ਕੁੱਲ ਸਕਾਰਾਤਮਕ ਕੇਸਾਂ ਦੀ ਗਿਣਤੀ 167 ਵਿਖਾਈ ਦਿੱਤੀ ਹੈ, ਜਿਨ੍ਹਾਂ ਵਿੱਚ 25 ਵਿਦੇਸ਼ੀ ਵੀ ਸ਼ਾਮਲ ਨੇ। ਇਸ ਦੇ ਨਾਲ ਹੀ ਪੰਜਾਬ ਵਿੱਚ ਪਹਿਲੀ ਮੌਤ ਦੇ ਨਾਲ ਦੇਸ਼ ਵਿੱਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 4 ਹੋ ਚੁੱਕੀ ਹੈ। ਇਸ ਤੋਂ ਪਹਿਲਾਂ 1-1 ਮੌਤ ਦਿੱਲੀ, ਕਰਨਾਟਕ ਅਤੇ ਮਹਾਰਾਸ਼ਟਰ ਵਿੱਚ ਵੀ ਹੋ ਚੁੱਕੀ ਹੈ ਅਤੇ ਹੁਣ ਕਈ ਮਾਮਲੇ ਲਗਾਤਾਰ ਭਾਰਤ ਵਿੱਚ ਸਾਹਮਣੇ ਆ ਰਹੇ ਨੇ। ਕੋਰੋਨਾ ਵਾਇਰਸ ਦੇ ਖਤਰੇ ਦੇ ਚੱਲਦਿਆਂ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਕਿਹਾ ਕਿ 22 ਮਾਰਚ ਤੋਂ 1 ਹਫ਼ਤੇ ਤੱਕ ਅੰਤਰਰਾਸ਼ਟਰੀ ਵਪਾਰਕ ਉਡਾਣਾਂ ਨੂੰ ਭਾਰਤ ਵਿੱਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ। ਜੀ ਹਾਂ, ਇਸ ਬਾਬਤ ਵਿਦੇਸ਼ ਮੰਤਰਾਲੇ ਦੇ ਬੁਲਾਰਿਆਂ ਵੱਲੋਂ ਖਾਸ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਉਹਨਾਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਚੁੱਕੇ ਜਾ ਰਹੇ ਖਾਸ ਕਦਮਾਂ ਬਾਰੇ ਜਾਣਕਾਰੀ ਸਭ ਨਾਲ ਸਾਂਝੀ ਕੀਤੀ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦਾ ਕਹਿਰ ਜੋ ਕਿ ਲਗਾਤਾਰ ਵਧਦਾ ਜਾ ਰਿਹਾ ਹੈ, ਕੋਰੋਨਾ ਵਾਇਰਸ ਨਾਲ ਪੰਜਾਬ ਵਿੱਚ ਪਹਿਲੀ ਮੌਤ ਹੋਈ ਹੈ। ਜੀ ਹਾਂ, ਬਲਦੇਵ ਸਿੰਘ ਨਾਂ ਦੇ ਬਜ਼ੁਰਗ ਦੀ ਰਿਪੋਰਟ ਕੋਰੋਨਾ ਵਾਇਰਸ ਨਾਲ ਪੋਜ਼ਿਟਿਵ ਪਾਈ ਗਈ ਹੈ। ਮ੍ਰਿਤਕ ਵਿਅਕਤੀ ਜਰਮਨੀ ਤੋਂ ਕੁਝ ਦਿਨ ਪਹਿਲਾਂ ਹੀ ਵਾਪਸ ਪਰਤਿਆ ਸੀ। ਇਹ ਵਿਅਕਤੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀ। ਤੁਹਾਨੂੰ ਦੱਸ ਦੇ ਕਿ 72 ਸਾਲਾ ਵਿਅਕਤੀ ਜਰਮਨੀ ਤੋਂ ਇਟਲੀ ਦੇ ਰਸਤੇ ਵਾਪਸ ਪਰਤਿਆ ਸੀ। ਛਾਤੀ ਦੇ ਗੰਭੀਰ ਦਰਦ ਤੋਂ ਬਾਅਦ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਇੱਕ ਹਸਪਤਾਲ ਵਿੱਚ ਇਸਨੇ ਦਮ ਤੋੜ ਦਿੱਤਾ। ਮ੍ਰਿਤਕ ਨੂੰ ਸ਼ੂਗਰ ਅਤੇ ਹਾਈਪਰ ਟੈਂਸ਼ਨ ਦੀ ਬਿਮਾਰੀ ਵੀ ਸੀ। ਫਿਲਹਾਲ ਪ੍ਰਸ਼ਾਸਨ ਨੇ ਮ੍ਰਿਤਕ ਦੀ ਰਿਪੋਰਟ ਜਨਤਕ ਨਹੀਂ ਕੀਤੀ ਹੈ। ਤਾਂ ਦੱਸੀਏ ਕਿ ਕੋਰੋਨਾ ਵਾਇਰਸ ਨਾਲ ਹੋਈ ਇਸ ਮੌਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਮ੍ਰਿਤਕ ਦੇ ਪਿੰਡ ਦੀ ਘੇਰਾਬੰਦੀ ਵੀ ਕਰ ਦਿੱਤੀ ਹੈ, ਤਾਂ ਜੋ ਜੇਕਰ ਕੋਈ ਹੋਰ ਵਿਅਕਤੀ ਪੀੜਤ ਪਾਇਆ ਜਾਂਦਾ ਹੈ ਤਾਂ ਉਸਦਾ ਫੌਰਨ ਇਲਾਜ ਸ਼ੁਰੂ ਕਰ ਦਿੱਤਾ ਜਾਏ। ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਸੂਬਾ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ, ਉੱਥੇ ਦੂਜੇ ਪਾਸੇ ਹੁਣ ਸਿੱਖਿਆ ਮੰਤਰੀ ਵੱਲੋਂ ਸੂਬੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਛੁੱਟੀਆਂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਅਤੇ ਹੁਕਮ 31 ਮਾਰਚ ਤੱਕ ਇਸੇ ਤਰ੍ਹਾਂ ਜਾਰੀ ਰਹਿਣਗੇ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਆਈਸੋਲੇਸ਼ਨ ਵਾਰਡ ਵਜੋਂ ਇਸਤੇਮਾਲ ਕੀਤੇ ਜਾਣ ਦੀ ਵੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਸੋ ਸਰਕਾਰ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ, ਹਰ ਹੀਲੇ ਵਸੀਲੇ ਲੋਕਾਂ ਦੀ ਗਿਣਤੀ ਘਟਾਉਣਾ ਚਾਹੁੰਦੀ ਹੈ ਜੋ ਕਿ ਹਾਲੇ ਤੱਕ ਇਸ ਕੋਰੋਨਾ ਵਾਇਰਸ ਦੇ ਸ਼ਿਕਾਰ ਨੇ। ਪੰਜਾਬ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਨੇ ਵੱਡਾ ਫੈਸਲਾ ਲੈਂਦਿਆਂ ਹੋਇਆ ਕਿਹਾ ਕਿ ਪਬਲਿਕ ਟਰਾਂਸਪੋਰਟ ਨੂੰ ਬੰਦ ਕਰ ਦਿੱਤਾ ਜਾਏ। ਜੀ ਹਾਂ, ਜਿਨ੍ਹਾਂ ਵਿੱਚ ਨਿੱਜੀ, ਸਰਕਾਰੀ ਬੱਸਾਂ ਅਤੇ ਫਿਰ ਆਟੋ ਸਮੇਤ ਟੈਕਸੀਆਂ ਵੀ ਸ਼ਾਮਲ ਨੇ। ਇਸ ਦੇ ਨਾਲ ਹੀ ਪ੍ਰੀਖਿਆਵਾਂ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਅਤੇ ਫਿਰ ਕਿਹਾ ਗਿਆ ਕਿ CBI ਦੇ ਪੈਟਰਨ 'ਤੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਲਗਾਤਾਰ ਕੰਮ ਕਰਦਾ ਰਹੇਗਾ। ਇਸ ਦੇ ਨਾਲ ਹੀ ਚੰਡੀਗੜ੍ਹ ਸਥਿਤ PGI ਦੀ ਐਮਰਜੈਂਸੀ OPD ਨੂੰ ਵੀ ਛੱਡ ਕੇ ਬਾਕੀ ਸਾਰੀਆਂ ਸੇਵਾਵਾਂ 31 ਮਾਰਚ ਤੱਕ ਬੰਦ ਰਹਿਣਗੀਆਂ ਅਤੇ ਫਿਰ ਦੋ ਸਥਾਨਾਂ 'ਤੇ ਤੁਹਾਨੂੰ ਦੱਸੀਏ ਕਿ ਕੁਆਰੰਟਾਈਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪਹਿਲਾਂ ਸੂਬੇ ਵਿੱਚ ਤਕਰੀਬਨ 50 ਲੋਕਾਂ ਦੇ ਇਕੱਠ 'ਤੇ ਪਾਬੰਦੀ ਲਗਾਈ ਗਈ ਸੀ, ਜਿਸ ਤੋਂ ਹੁਣ ਘਟਾ ਕੇ ਸਿਰਫ 20 ਕਰ ਦਿੱਤਾ ਗਿਆ। ਹੁਣ ਕਿਸੇ ਵੀ ਥਾਂ 'ਤੇ 20 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਣਗੇ। ਇਸ ਤੋਂ ਇਲਾਵਾ ਮੈਰਿਜ ਪੈਲੇਸ ਹੋਟਲ ਵੀ ਬੰਦ ਰਹਿਣਗੇ। ਉਹਨਾਂ ਵੀ ਦੱਸਿਆ ਕਿ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਅਤੇ ਫਿਰ ਜਨਤਕ ਦਫ਼ਤਰਾਂ ਵਿੱਚ ਲੋਕਾਂ ਨਾਲ ਸੰਬੰਧਿਤ ਕੰਮਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ, ਸਿਰਫ ਜ਼ਰੂਰੀ ਕੰਮ ਹੀ ਕੀਤੇ ਜਾਣਗੇ। ਕਮਿਸ਼ਨਰਸ, SSP ਅਤੇ ਡਿਪਟੀ ਕਮਿਸ਼ਨਰਸ ਉਹ ਵੀ ਆਪਣੇ ਹਲਕਿਆਂ ਵਿੱਚ ਤੈਨਾਤ ਰਹਿਣ ਦੇ ਖਾਸ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ। ਸੋ ਗੱਲ ਕਰੀਏ ਗੁਰਦੁਆਰਾ ਸਾਹਿਬਾਨਾਂ ਦੀ, ਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚਣ ਵਾਲੀ ਸੰਗਤ ਨੂੰ ਵੀ ਕੋਰੋਨਾ ਵਾਇਰਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਅਤੇ ਇਸ ਦੇ ਤਹਿਤ ਤਖ਼ਤ ਸਾਹਿਬ ਦੇ ਬਾਹਰ ਫਲੈਕਸ ਬੋਰਡ ਲਗਾਏ ਗਏ ਨੇ, ਜਿਨ੍ਹਾਂ ਰਾਹੀਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ ਗਿਆ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਵੀਰ ਸਿੰਘ ਨੇ ਸੰਗਤ ਤੋਂ ਅਪੀਲ ਕੀਤੀ ਹੈ ਕਿ ਉਹ ਹੱਥ ਧੋ ਕੇ ਹੀ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ। ਉਹਨਾਂ ਇਹ ਵੀ ਕਿਹਾ ਕਿ ਗੁਰੂ ਦਾ ਦਰ ਲੋੜਵੰਦਾਂ ਲਈ ਹਮੇਸ਼ਾ ਖੁੱਲ੍ਹਾ ਰਹੇਗਾ ਅਤੇ ਫਿਰ ਕੋਰੋਨਾ ਦੇ ਦਹਿਸ਼ਤ ਕਾਰਨ ਇਹਨਾਂ ਨੂੰ ਬੰਦ ਨਹੀਂ ਕੀਤਾ ਜਾ ਸਕਦਾ।
ਸੋ ਗੁਰਦੁਆਰਾ ਸਾਹਿਬਾਨਾਂ ਵੱਲੋਂ ਜ਼ਰੂਰ ਹੁਣ ਪ੍ਰੀਕੋਸ਼ਨ ਜ਼ਰੂਰ ਲਏ ਜਾ ਰਹੇ ਨੇ ਅਤੇ ਲੋਕਾਂ ਨੂੰ ਵੀ ਖਾਸ ਤੌਰ 'ਤੇ ਅਪੀਲ ਕੀਤੀ ਜਾ ਰਹੀ ਕਿ ਜੇਕਰ ਉਹ ਗੁਰਦੁਆਰਾ ਸਾਹਿਬ ਵਿੱਚ ਆਉਂਦੇ ਨੇ ਤਾਂ ਹੱਥ ਧੋ ਕੇ ਆਉਣ, ਉਸ ਤੋਂ ਬਾਅਦ ਹੀ ਲੰਗਰ ਛਕਣ, ਉਸ ਤੋਂ ਬਾਅਦ ਹੀ ਕੜਾ ਪ੍ਰਸ਼ਾਦੀ ਦੇਖ ਲੈਣ। ਸੋ ਹੁਣ ਗੱਲ ਕਰਦੇ ਹਾਂ ਪੰਜਾਬ ਤੋਂ ਬਾਅਦ ਦਿੱਲੀ ਦੀ ਇੱਕ ਅਹਿਮ ਖਬਰ ਦਿੱਲੀ ਤੋਂ ਹੈ, ਕਿਉਂਕਿ ਤੁਹਾਨੂੰ ਦੱਸ ਦੇ ਕਿ ਅਹਿਮ ਨਿਰਭਿਆ ਮਾਮਲੇ ਵਿੱਚ ਹੁਣ ਚਾਰੇ ਦੋਸ਼ਾਂ ਨੂੰ ਭਾਰਤੀ ਸਮੇਂ ਮੁਤਾਬਕ 20 ਮਾਰਚ ਸਵੇਰੇ 5:30 ਵਜੇ ਫਾਂਸੀ ਦੇ ਦਿੱਤੀ ਜਾਏਗੀ। ਜੀ ਹਾਂ, ਇੱਕ ਦੋਸ਼ੀ ਪਵਨ ਗੁਪਤਾ ਦੀ ਰਸਮੀ ਪਟੀਸ਼ਨ ਵੀਰਵਾਰ ਨੂੰ ਖਾਰਜ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪਵਨ ਅਤੇ ਅਕਸ਼ੇ ਠਾਕੁਰ ਦੀ ਦੂਜੀ ਰਹਿਮ ਦੀ ਅਪੀਲ ਨੂੰ ਵੀ ਖਾਰਜ ਕਰ ਦਿੱਤਾ। ਸਰਕਾਰੀ ਵਕੀਲ ਨੇ ਦਿੱਲੀ ਵਿੱਚ ਸੈਸ਼ਨ ਕੋਰਟ ਵਿੱਚ ਦੱਸਿਆ ਕਿ ਚਾਰੇ ਦੋਸ਼ੀਆਂ ਕੋਲ ਅਦਾਲਤ ਵਿੱਚ ਕੋਈ ਵੀ ਵਿਕਲਪ ਹੁਣ ਨਹੀਂ ਬਚਿਆ। ਐਡੀਸ਼ਨਲ ਸੈਸ਼ਨ ਕੋਰਟ ਵਿੱਚ ਦੋਸ਼ੀ ਅਕਸ਼ੇ ਸਿੰਘ ਠਾਕੁਰ, ਵਿਨੈ ਸ਼ਰਮਾ ਅਤੇ ਪਵਨ ਗੁਪਤਾ ਦੁਆਰਾ ਪਟੀਸ਼ਨ ਦਾਖਲ ਕੀਤੀ ਗਈ ਸੀ, ਜਿਸ ਵਿੱਚ ਸਾਫ਼ ਤੌਰ 'ਤੇ ਕਿਹਾ ਗਿਆ ਸੀ ਕਿ ਫਾਂਸੀ ਨੂੰ ਰੋਕਿਆ ਜਾਣਾ ਚਾਹੀਦਾ। ਇਸ ਦੌਰਾਨ ਦੋ ਸਹਾਇਕ ਸੁਪਰਿਟੈਂਡੈਂਟ ਦੀਪਕ ਸ਼ਰਮਾ ਅਤੇ ਜੈ ਸਿੰਘ ਨੂੰ ਤਿਹਾੜ ਵਿੱਚ ਤੈਨਾਤ ਕੀਤਾ ਗਿਆ। ਸੋ ਤੁਹਾਨੂੰ ਦੱਸ ਦਈਏ ਕਿ ਹੁਣ 20 ਮਾਰਚ ਦੀ ਸਵੇਰ 5:30 ਵਜੇ ਇਹਨਾਂ ਚਾਰਾਂ ਦੋਸ਼ਾਂ ਨੂੰ ਫਾਂਸੀ ਦੇ ਦਿੱਤੀ ਜਾਏਗੀ। ਇਸ ਤੋਂ ਪਹਿਲਾਂ, ਇੱਕ ਦਿਨ ਪਹਿਲਾਂ ਹੀ ਇਹਨਾਂ ਦਾ ਡਮੀ ਬਣਾ ਕੇ ਜਿਸ ਤਰ੍ਹਾਂ ਫਾਂਸੀ ਦਿੱਤੀ ਜਾਂਦੀ ਹੈ, ਉਸ ਡਮੀ ਪੁਤਲਿਆਂ ਨੂੰ ਫਾਂਸੀ ਦਿੱਤੀ ਗਈ ਅਤੇ ਸਭ ਕੁਝ ਚੈੱਕ ਕੀਤਾ ਗਿਆ। ਤੁਹਾਨੂੰ ਇਹ ਵੀ ਦੱਸ ਦਈਏ ਕਿ ਵੱਖ ਵੱਖ ਜਿਹਨਾਂ ਚਾਰਾਂ ਦੋਸ਼ੀਆਂ ਦੇ ਪਰਿਵਾਰਕ ਮੈਂਬਰ ਨੇ ਉਹ ਇਹਨਾਂ ਨੂੰ ਮਿਲਣ ਪਹੁੰਚੇ ਸਨ, ਜਿਸ ਦੌਰਾਨ ਕਾਫੀ ਜੋ ਮਾਤਾ ਵਾਲਾ ਮਾਹੌਲ ਇਸ ਉਸ ਸਮੇਂ ਪਸਰਿਆ ਹੋਇਆ ਸੀ ਉਹ ਵਿਖਾਈ ਦਿੱਤਾ। ਪਰ ਕੁਝ ਪਰਿਵਾਰਕ ਮੈਂਬਰਾਂ ਨੇ ਆਪਣੇ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਮਿਲਣ ਤੋਂ ਵੀ ਸਾਫ਼ ਇਨਕਾਰ ਦਿੱਤਾ। ਅਤੇ ਖਾਸ ਗੱਲ ਇਹ ਵੀ ਹੈ ਕਿ ਉਹਨਾਂ ਦੀ ਇਹਨਾਂ ਚਾਰਾਂ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਅਜਿਹਾ ਵੀ ਹੈ ਜਿਸ ਦੀ ਕਿ ਪਤਨੀ ਨੇ ਤਲਾਕ ਦੀ ਅਰਜ਼ੀ ਤੱਕ ਅਦਾਲਤ ਵਿੱਚ ਦਾਖਲ ਕਰ ਦਿੱਤੀ ਹੈ, ਕਿਉਂਕਿ ਉਸ ਪਤਨੀ ਦਾ ਸਾਫ਼ ਤੌਰ 'ਤੇ ਕਹਿਣਾ ਸੀ ਕਿ ਉਹ ਇੱਕ ਵਿਧਵਾ ਵਾਂਗ, ਦੋਸ਼ੀ ਦੀ ਵਿਧਵਾ ਵਾਂਗ ਨਹੀਂ ਜੀ ਸਕਦੀ। ਇਸ ਲਈ ਉਸਨੇ ਤਲਾਕ ਦੀ ਅਰਜ਼ੀ ਵੀ ਪਾਈ ਹੋਈ ਹੈ। ਸੋ ਹੁਣ ਕੱਲ੍ਹ ਦਾ ਦਿਨ ਅਹਿਮ ਰਹੇਗਾ, ਜਦੋਂ ਕਿ ਸਵੇਰੇ 5:30 ਵਜੇ ਇਹਨਾਂ ਚਾਰਾਂ ਦੋਸ਼ਾਂ ਨੂੰ ਫਾਂਸੀ ਦੇ ਦਿੱਤੀ ਜਾਏਗੀ। ਸੋ ਫਿਲਹਾਲ ਗੁੱਡ ਮਾਰਨਿੰਗ ਅਮੈਰੀਕਾ ਵਿੱਚ, ਬਸ ਇਹਨਾਂ ਹੀ, ਪਰ ਲਗਾਤਾਰ ਅਸੀਂ ਤੁਹਾਡੇ ਹਰ ਰੋਜ਼ ਸਵੇਰੇ ਰੂਬਰੂ ਹੁੰਦੇ ਰਹਾਂਗੇ। ਔਰ ਤੁਹਾਨੂੰ ਖਾਸ ਗੱਲ ਇਹ ਵੀ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਜੇਕਰ ਤੁਹਾਡੇ ਬੱਚਿਆਂ ਦਾ ਜਨਮ ਦਿਨ ਆ ਰਿਹਾ ਤਾਂ ਤੁਸੀਂ ਸਾਨੂੰ ਜ਼ਰੂਰ ਦੱਸੋ ਆਪਣੇ ਇਸ ਪ੍ਰੋਗਰਾਮ ਵਿੱਚ। ਉਹਨਾਂ ਬੱਚਿਆਂ ਦੀ ਅਸੀਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ, ਉਹਨਾਂ ਬੱਚਿਆਂ ਦੇ ਨਾਮ ਵੀ ਲਵਾਂਗੇ ਅਤੇ ਉਹਨਾਂ ਬੱਚਿਆਂ ਨੂੰ ਗੁੱਡ ਮਾਰਨਿੰਗ ਅਮੈਰੀਕਾ ਵੱਲੋਂ ਖਾਸ ਤੌਰ 'ਤੇ ਵਧਾਈ ਦਿੱਤੀ ਜਾਏਗੀ। ਫਿਲਹਾਲ ਮੈਨੂੰ ਯਾਨੀ ਭਲਿੰਦਰ ਸਿੰਘ ਵਰਮਾਨੀ ਨੂੰ ਦਿਓ ਇਜਾਜ਼ਤ। ਗੁੱਡ ਮਾਰਨਿੰਗ ਅਮੈਰੀਕਾ।